ਤੁਹਾਡੇ ਮੰਮੀ ਤੇ ਡੈਡੀ? ਸਾਡੇ ਪਾਪਾ ਮੰਮੀ ਸਾਨੂੰ ਛੱਡ ਕੇ ਚਲ ਗਏ ਸੀ ਤੇ ਮੰਮਾ ਦੀ ਡੈਥ ਹੋ ਗਈ। ਤੇ ਆਪਣਾ ਘਰ ਹੈਗਾ ਤੁਹਾਡਾ? ਨਹੀਂ। ਤੇ ਜਗ੍ਹਾ ਵੀ ਨਹੀਂ ਹੈਗੀ ਤੁਹਾਡੀ ਆਪਣੀ? ਪਰਿਵਾਰ ਦੇ ਪਿੱਛੋਂ ਜਿਹੜੇ ਪੇਕੇ ਉਹਨਾਂ ਦਾ ਵੀ ਕੋਈ ਮੈਂਬਰ ਹੈ? ਨਹੀਂ, ਉਹਨਾਂ ਦਾ ਵੀ ਮਰ ਕੋਈ ਨਹੀਂ ਜੋ ਹੈਗਾ। ਉਹਨਾਂ ਦੇ ਤਾਂ ਸਾਰੇ ਮਰ ਖਪ ਗਏ। ਮਾਂ ਨਹੀਂ, ਛੋਟੀ ਜਿਹੀ ਮਰ ਗਈ ਸੀ ਵੀ ਸੱਪ ਲੜ ਕੇ ਮਰ ਗਈ ਵੀ ਉਹ ਜਿਹੜਾ ਸੀ ਉਹ ਬਾਹਰ ਵਾਢੀ ਕਰਨ ਗਿਆ, ਕਣਕ ਵੱਢਣ ਗਿਆ, ਮਰ ਗਿਆ। ਅਤੇ ਜਿਹੜਾ ਇਹਨਾਂ ਦਾ ਪੜਨਾਨਾ ਸੀ ਉਹ ਵੀ ਇੱਦਾਂ ਵੀ ਉਹ ਬਜ਼ੁਰਗ ਹੀ ਬਿਮਾਰ ਹੋਇਆ ਅਤੇ ਮਰ ਗਿਆ। ਕਿਸੇ ਦਾ ਕੰਮ ਕਰਕੇ ਵੀ ਖਾ ਲੈਣਗੇ ਜੀ ਇਹ ਬੱਚੀਆਂ ਕਿੱਧਰ ਜਾਣ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਗਜੀਤ ਸਿੰਘ ਟੱਲ। ਅੱਜ ਜਿੱਥੇ ਅਸੀਂ ਪਹੁੰਚੇ ਹੋਏ ਹਾਂ, ਜਦੋਂ ਤੁਸੀਂ ਵੀ ਇਸ ਪਰਿਵਾਰ ਦੀ ਅਤੇ ਛੋਟੇ ਛੋਟੇ ਬੱਚਿਆਂ ਦੀ ਕਹਾਣੀ ਸੁਣੋਗੇ ਅਤੇ ਤੁਹਾਡੇ ਵੀ ਜਿਹੜੇ ਆ ਅੱਖਾਂ ਦੇ ਵਿੱਚੋਂ ਹੰਝੂ ਜਿਹੜੇ ਆ ਉਹ ਆਉਣੋਂ ਨਹੀਂ ਰਹਿਣਗੇ, ਕਿਉਂਕਿ ਇੱਕ ਪਰਿਵਾਰ ਦੇ ਨਾਲ ਘਟਨਾ ਹੀ ਐਸੀ ਵਾਪਰੀ ਆ ਕਿ ਜਿੱਥੇ ਜੋ ਵੀ ਇਹਨਾਂ ਨੂੰ ਪਿੰਡ ਦੇ ਲੋਕ ਜਾਣਦੇ ਆ, ਜੋ ਵੀ ਇਹਨਾਂ ਨੂੰ ਜਾਣਦੇ ਆ, ਉਹਨਾਂ ਤੋਂ ਵੀ ਜਿਹੜਾ ਇਹ ਦੁੱਖ ਵੇਖਿਆ ਨਹੀਂ ਜਾਂਦਾ। ਸਾਨੂੰ ਪਰਿਵਾਰ ਵੱਲੋਂ ਦੱਸਿਆ ਗਿਆ ਹੈ, ਇਹਨਾਂ ਬੱਚਿਆਂ ਵੀ ਸਾਨੂੰ ਦੱਸਿਆ ਛੋਟੇ ਹੁੰਦਿਆਂ ਤੋਂ ਜਿਹੜੇ ਆ ਇਹ ਪਿੰਡ ਦੇ ਵਿੱਚ ਰਹਿੰਦੇ ਸੀ, ਡੈਡੀ ਇਹਨਾਂ ਦਾ ਛੱਡ ਕੇ ਚਲਾ ਗਿਆ, ਮੰਮੀ ਇਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਸੀ। ਕਾਰਨ ਕੀ ਬਣਿਆ ਕਿ ਪੈਸੇ ਦੇ ਦੁੱਖੋਂ ਇਲਾਜ ਨਹੀਂ ਹੋ ਪਾਇਆ। ਸੋ ਕੁਛ ਸਮਾਜ ਸੇਵੀ ਵੀਰਾਂ ਨੇ ਉਸ ਭੈਣ ਦੀ ਇਹਨਾਂ ਮੰਮੀ ਜਿਹੜੀ ਮੰਮੀ ਉਹਦੀ ਮਦਦ ਵੀ ਕੀਤੀ, ਪਰ ਉਹ ਜਿਹੜੇ ਆ ਇਹਨਾਂ ਬੱਚਿਆਂ ਨੂੰ ਛੱਡ ਕੇ ਚਲੇ ਗਏ। ਅਤੇ ਸਭ ਤੋਂ ਵੱਡੀ ਜਿਹੜੀ ਆ ਇੱਥੇ ਇੱਕ ਗੱਲ ਦੇਖਣ ਨੂੰ ਮਿਲੀ, ਜੋ ਪਰਿਵਾਰ ਇਹਨਾਂ ਨੂੰ ਇਸ ਟਾਈਮ ਸਾਂਭ ਰਿਹਾ ਉਹਨਾਂ ਦਾ ਕੋਈ ਇਹਨਾਂ ਦਾ ਖੂਨੀ ਰਿਸ਼ਤਾ ਨਹੀਂ ਗਾ। ਇੱਕ ਤਰਸ ਦੇ ਆਧਾਰ 'ਤੇ ਇਹਨਾਂ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਰੱਖ ਕੇ ਆਪਣੇ ਬੱਚਿਆਂ ਵਾਂਗ ਪਾਲਿਆ ਜਾ ਰਿਹਾ। ਪਰ ਹੁਣ ਉੱਥੇ ਮਸਲਾ ਇਹ ਵੀ ਉੱਠਦਾ ਵੀ ਕੱਲ੍ਹ ਨੂੰ ਉਹਨਾਂ ਦੇ ਵੀ ਬੱਚੇ ਆਪਣੇ ਆ, ਇਹਨਾਂ ਨੂੰ ਵੀ ਜਿਹੜਾ ਉਹ ਬਜ਼ੁਰਗ ਸਾਂਭਣਗੇ। ਪਰ ਬਜ਼ੁਰਗਾਂ ਦੀ ਜਿਹੜੀ ਆ ਆਪਾਂ ਸਾਰਿਆਂ ਨੂੰ ਪਤਾ ਵੀ ਕਿੰਨੀ ਕੁ ਜਿਹੜੀ ਉਮਰ ਹੁੰਦੀ ਆ, ਕਿੰਨਾ ਚਿਰ ਉਹ ਸਾਂਭ ਸਕਦੇ ਉਹਨਾਂ ਨੂੰ, ਅਤੇ ਉਹ ਬਜ਼ੁਰਗਾਂ ਤੋਂ ਬਾਅਦ ਜਿਹੜੀ ਉਹਨਾਂ ਦੀ ਜ਼ਿੰਦਗੀ ਬੱਚਿਆਂ ਦੀ ਕਿਸ ਤਰ੍ਹਾਂ ਦੀ ਹੋਵੇਗੀ। ਸੋ ਅਸੀਂ ਇਸ ਜਿਹੜੇ ਬੱਚਿਆਂ ਵੱਲੋਂ ਆਉਂਦਾ ਨਹੀਂ ਸੱਜਣਾਂ ਨੂੰ ਅਪੀਲ ਕਰਦੇ ਕਿ ਇਹਨਾਂ ਦੀ ਜਿਹੜੀ ਆ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਉਹ ਬੱਚੇ ਸਾਡੇ ਨਾਲ ਮੌਜੂਦ ਨੇ ਅਤੇ ਉਹਨਾਂ ਨਾਲ ਗੱਲ ਕਰ। ਹਾਂਜੀ ਬੇਟਾ, ਕੀ ਨਾਮ ਤੇ ਕਿਹੜਾ ਪਿੰਡ ਤੁਹਾਡਾ ਤੇ ਕਿਹੜਾ ਜ਼ਿਲ੍ਹਾ ਹੈ? ਸਾਡਾ ਪਿੰਡ ਸੌੜੀਆਂ ਤੇ ਜ਼ਿਲ੍ਹਾ ਅੰਮ੍ਰਿਤਸਰ। ਤੇ ਕੀ ਮੁਸ਼ਕਲ ਕੀ ਆ ਹੁਣ ਪਰਿਵਾਰ ਨੂੰ ਤੇ ਕੀ ਹੋ ਗਿਆ ਸੀ ਤੁਹਾਡੇ ਮੰਮੀ ਡੈਡੀ ਨੂੰ ਜਾਂ ਕੀ ਸਾਰੀ ਕਹਾਣੀ? ਮੇਰੇ ਪਾਪਾ ਸੀ, ਮੇਰੀ ਸਿਸਟਰ ਉਹਦੇ ਛੋਟੀ ਸੀ ਤੇ ਮੇਰੇ ਪਾਪਾ ਸਾਨੂੰ ਛੱਡ ਕੇ ਚਲ ਗਏ ਸੀ। ਫਿਰ ਸਾਡੀ ਮੰਮੀ ਨੇ ਸਾਨੂੰ ਪਾਲਿਆ ਅਤੇ ਅਸੀਂ ਉਹਨਾਂ ਨਾਲ ਘਰਾਂ ਦੇ ਕੰਮ ਵੀ ਕੀਤੇ ਹੈਗੇ ਆ। ਅਤੇ ਫਿਰ ਸਾਡੀ ਮੰਮੀ ਨੇ ਸਾਨੂੰ ਪਾਲਿਆ ਅਤੇ ਫਿਰ ਆਖਿਰਕਾਰ ਮੇਰੀ ਮੰਮਾ ਨੂੰ ਬੁਖਾਰ ਹੁੰਦਾ ਗਿਆ, ਬੁਖਾਰ ਤੋਂ ਵੀ ਵੱਧ ਗਈਆਂ ਬਿਮਾਰੀਆਂ ਲੱਗ ਗਈਆਂ। ਫਿਰ ਅਸੀਂ ਇੱਥੇ ਆਏ। ਰਿੰਦਰ ਕੌਰ, ਕਿਹੜਾ ਪਿੰਡ ਤੁਹਾਡਾ? ਸੌੜੀਆਂ। ਇਹ ਬੱਚਿਆਂ ਨੂੰ ਕਿਸ ਤਰ੍ਹਾਂ ਜਾਣਦੇ ਤੁਸੀਂ? ਬੱਚਿਆਂ ਨੂੰ ਇਹ ਮੇਰੇ ਪੇਕਿਆਂ ਦੇ ਪਿੱਛੋਂ ਲਾਗੋ ਬੰਨਿਆ ਹੀ ਆ ਰਹਿੰਦੇ ਹੀ ਅਤੇ ਮੈਂ ਇਹਦਾ ਸੁਖੂਨ ਦਾ ਰਿਸ਼ਤਾ ਨਹੀਂ ਸਾਡਾ ਹੈਗਾ ਇਹਨਾਂ ਦੇ ਨਾਲ, ਅਤੇ ਅਸੀਂ ਵੀ ਦੂਰ ਦੂਰ ਲਾਗੋ ਆਂਢੇ ਗੁਆਂਢੀਆਂ ਦੇ ਵਿੱਚ ਅਸੀਂ ਵੀ ਲੱਗਦੇ ਹਾਂ ਕੁਛ ਇਹਨਾਂ ਦੇ। ਇਹਨਾਂ ਦੀ ਮੰਮਾ ਨੂੰ ਪਤਾ ਸੀ ਵੀ ਆਹ ਵੀ ਸਾਡੀ ਇਹ ਭੂਆ ਲੱਗਦੀ ਦੂਰ ਨੇੜੋਂ, ਫਿਰ ਇਹ ਸਾਡੇ ਕੋਲ ਵਿਚਾਰੀ ਪੁੱਛਦੀ ਗਿੱਛਦੀ ਆ ਗਈ ਸਾਡੇ ਕੋਲ ਜਦੋਂ ਬਿਮਾਰ ਜ਼ਿਆਦਾ ਹੋਈ। ਪਹਿਲਾਂ ਨਹੀਂ ਮਿਲਦੀ ਸਾਨੂੰ, ਥੋੜ੍ਹਾ ਕੁ ਚਿਹਰੇ ਹੋ ਗਿਆ ਸੀ ਮਿਲਦੀ ਜਦੋਂ ਬਿਮਾਰ ਹੋਈ, ਬਸ ਉਦੋਂ ਆਈ ਆ ਜਾਂ ਉਦੋਂ ਬਾਅਦ ਮੁੜ ਕੇ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਇਹ ਸਾਡੀ ਕੋਈ ਸਾਡੀ ਮੰਮਾ ਨਹੀਂ ਜਾਂਦੀ ਤਾਂ ਅਸੀਂ ਵੀ ਇਹਨਾਂ ਦੇ ਕੋਲ ਜਾਈਏ। ਫਿਰ ਇਹਨਾਂ ਸਾਨੂੰ ਫੋਨ ਕੀਤਾ ਸੀ ਬਿਮਾਰ ਹੋ ਗਈ ਇਹਨਾਂ ਦੀ ਮੰਮਾ, ਤਾਂ ਅਸੀਂ ਲੈ ਲੈਂਦਾ ਇੱਥੇ ਮਹੀਨਾ ਕੁ ਰਹੀ ਵਿਚਾਰੀ। ਅਸੀਂ ਇਲਾਜ ਕਰਾਇਆ ਪਿੰਡ ਦੀ ਕਮੇਟੀ ਨੇ ਸਾਰਿਆਂ ਨੇ ਪੈਸੇ ਪੂਏ ਪਾ ਕੇ ਦਾਖਲ ਕਰਾਇਆ, ਇਲਾਜ ਕਰਾਇਆ, ਇੱਥੋਂ ਠੀਕ ਹੋ ਗਈ ਸੀ। ਫਿਰ ਉਹ ਗਈ ਅਤੇ ਫਿਰ ਇਹਨਾਂ ਦੇ ਪਾਪਾ ਨੇ ਕਿਤੇ ਫੋਨ ਕੀਤਾ ਅਤੇ ਉਹਨਾਂ ਫਿਰ ਗਾਲ ਮੰਡਾ ਕੱਢਿਆ, ਉਹਨੂੰ ਪਤਾ ਨਹੀਂ ਟੈਨਸ਼ਨ ਦੇ ਨਾਲ ਉਹਨੂੰ ਅਟੈਕ ਹੋ ਗਿਆ ਅਤੇ ਮੁੜ ਕੇ
ਇਹਨਾਂ ਦੇ ਪਰਿਵਾਰ ਦੇ ਪਿੱਛੋਂ ਜਿਹੜੇ ਪੇਕੇ ਉਹਨਾਂ ਦਾ ਵੀ ਕੋਈ ਮੈਂਬਰ ਹੈ ਆ? ਨਹੀਂ, ਉਹਨਾਂ ਦਾ ਵੀ ਮਰ ਕੋਈ ਨਹੀਂ ਜੋ ਹੈਗਾ। ਉਹਨਾਂ ਦੇ ਤਾਂ ਸਾਰੇ ਮਰ ਖਪ ਗਏ। ਮਾਂ ਵੀ ਛੋਟੀ ਜਿਹੀ ਮਰ ਗਈ ਸੀ, ਵੀ ਸੱਪ ਲੜ ਕੇ ਮਰ ਗਈ। ਵੀ ਉਹ ਜਿਹੜਾ ਸੀ ਉਹ ਬਾਹਰ ਵਾਢੀ ਕਰਨ ਗਿਆ, ਕਣਕ ਵੱਢਣ ਗਿਆ, ਮਰ ਗਿਆ। ਅਤੇ ਜਿਹੜਾ ਇਹਨਾਂ ਦਾ ਪੜਨਾਨਾ ਸੀ ਉਹ ਵੀ ਇੱਦਾਂ ਵੀ ਉਹ ਬਜ਼ੁਰਗ ਸੀ, ਬਿਮਾਰ ਹੋਇਆ ਅਤੇ ਮਰ ਗਿਆ। ਅਤੇ ਜਿਹੜੀ ਇਹਨਾਂ ਦੀ ਮਾਂ ਸੀ ਇਹਨਾਂ ਦੀ, ਉਹ 13 ਸਾਲਾਂ ਦੀ ਹੋਈ ਅਤੇ ਅਲੱਗ ਗੁਆਂਢੀਆਂ ਗੁਆਂਢੀਆਂ ਨੇ ਵਿਆਹ ਦਿੱਤੀ ਛੋਟੀ ਜੀ। ਹੁਣ ਤੁਹਾਨੂੰ, ਤੁਸੀਂ ਇਹਨਾਂ ਨੂੰ ਜਾਣਦੇ ਨੇ ਕੋਈ, ਤੁਹਾਡਾ ਖੂਨ ਦਾ ਰਿਸ਼ਤਾ ਨਹੀਂ ਤੇ ਤੁਸੀਂ ਸਾਂਭਦੇ ਹੋ, ਤੇ ਕੀ ਗੱਲ ਪਰਿਵਾਰ ਦੇ ਵਿੱਚ ਤੁਹਾਡੇ ਆਪਣੇ ਵੀ ਬੱਚੇ ਹੋਣਗੇ? ਅਸੀਂ ਇਨਸਾਨੀ ਤੌਰ 'ਤੇ ਸਾਂਭਣ ਡਿਆ ਵੀ, ਫਿਰ ਵੀ ਚਲੋ ਪਿੰਡ ਦੇ ਫਿਰ ਵੀ ਦੋਧੀਆਂ ਦੋਧੇ ਜਾਂ ਕਿਸ ਤਰ੍ਹਾਂ ਸੋ ਹਿਸਾਬ ਹੁੰਦੇ ਆ, ਪਰ ਇਹਨਾਂ ਬੱਚਿਆਂ ਦਾ ਸਾਨੂੰ ਬੜਾ ਤਰਸ ਆਉਂਦਾ ਵੀ ਅਸੀਂ ਇਹਨਾਂ ਨੂੰ ਕਿੱਧਰ ਤੱਕੀਏ, ਕਿੱਧਰ ਜਾਈਏ। ਚੱਲ ਪੁੱਤ ਹੋਣ, ਉਹ ਤਾਂ ਕਿਤੋਂ ਨਾ ਕਿਤੇ ਕਿਸੇ ਦਾ ਕੰਮ ਕਰਕੇ ਵੀ ਖਾ ਲੈਣਗੇ ਜੀ, ਇਹ ਬੱਚੀਆਂ ਕਿੱਧਰ ਜਾਣਗੀਆਂ? ਕੀ ਮੰਗ ਕਰਦੇ ਆ? ਅਸੀਂ ਤਾਂ ਮੰਗ ਇਹੋ ਕਰਦੇ ਹਾਂ ਵੀ ਇਹਨਾਂ ਬੱਚਿਆਂ ਦਾ ਘਰ ਬਣਨਾ ਚਾਹੀਦਾ ਵਾ। ਇਹਨਾਂ ਨੂੰ ਬਸ ਸਿਰ ਲਕਾਵਾ ਵਿਚਾਰਿਆਂ ਦਾ, ਕਦੇ ਇਹੋ ਜਿਹੇ ਟਿਕਾਣਾ ਬਣ ਜੂ ਵਿਚਾਰਿਆਂ ਦਾ। ਇੰਨਾ ਚਿਰ ਹੋ ਗਿਆ ਧੱਕੇ ਧੋਣੇ, ਮਾਂ ਵੀ ਧੱਕੇ ਖਾਂਦੀ ਮਰ ਗਈ, ਅਤੇ ਗਾਂਹ ਬੱਚੇ ਜਿਹੜੇ ਉਹ ਵੀ ਧੱਕੇ ਧੋਣੇ ਖਾਣ ਡਏ ਨੇ, ਅਤੇ ਜਿਹਨਾਂ ਦੇ ਸਿਰ ਲਕਾਵਾ। ਕਿਉਂ ਮੇਰੀ ਨੌਵਾਂ ਪੱਤਾਂ ਵਿੱਚ ਰਹਿਣ ਡਈ ਹਾਂ, ਇਹਨਾਂ ਨੂੰ ਕਿਸੇ ਨੇ ਰਹਿਣ ਨਹੀਂ ਦੇਣਾ, ਅਤੇ ਨਾ ਨਾ ਟਿਕਣ ਦੇਣਾ, ਨਾ ਮੇਰੇ ਪੋਤਰਿਆਂ ਅਤੇ ਨਾ ਮੇਰੀਆਂ ਨੌਵਾਂ ਨੇ। ਅੱਜ ਕੱਲ੍ਹ ਦਾ ਮਾਹੌਲ ਦਾ ਤੁਹਾਨੂੰ ਪਤਾ ਹੀ ਕਿਸੇ ਦਾ ਚੱਲਣ ਡਿਆ। ਅਸੀਂ ਇਹੋ ਮੰਗ ਕਰਦੇ ਹਾਂ ਵੀ ਇਹਨਾਂ ਬੱਚਿਆਂ ਦਾ ਘਰ ਬਣ ਜੇ, ਬਸ ਘਰ ਹੀ ਮੰਗਦੇ ਹਾਂ ਨਾ ਵੀ ਕਮਰੇ ਪਾ ਦਿਓ, ਅਤੇ ਬਸ ਇਹ ਵੀ ਆਪਣੇ ਘਰ ਵਾਲੇ। ਕੀ ਨਾਮ ਬੇਟਾ? ਅਤੇ ਤੁਹਾਡੇ ਮੰਮੀ ਅਤੇ ਡੈਡੀ? ਸਾਡੇ ਪਾਪਾ ਮੈਨੂੰ ਸਾਨੂੰ ਛੱਡ ਕੇ ਚਲ ਗਏ ਸੀ, ਅਤੇ ਮੰਮਾ ਦੀ ਡੈਥ ਹੋ ਗਈ। ਹੁਣ ਕਿੱਥੇ ਰਹਿੰਦੇ ਤੁਸੀਂ ਫਿਰ? ਅਸੀਂ ਸੋਰੀਆ ਰਹਿੰਦੇ। ਅੱਛਾ, ਅਤੇ ਆਪਣਾ ਘਰ ਹੈਗਾ ਤੁਹਾਡਾ? ਨਹੀਂ। ਅਤੇ ਜਗ੍ਹਾ ਵੀ ਨਹੀਂ ਹੈਗੀ ਤੁਹਾਡੀ ਆਪਣੀ? ਮੰਮਾ ਦੀ ਯਾਦ ਨਹੀਂ ਆਉਂਦੀ? ਮੰਮਾ ਪਿਆਰ ਕਰਦੇ ਸੀ ਤੁਹਾਨੂੰ, ਯਾਦ ਨਹੀਂ ਆਉਂਦੀ? ਹਾਂਜੀ, ਕੀ ਨਾਮ ਭਾਈ? ਰਾਜੂ ਜੀ। ਇਹ ਬੱਚਿਆਂ ਨੂੰ ਕਿਸ ਤਰ੍ਹਾਂ ਜਾਣਦੇ ਤੁਸੀਂ? ਬਸ ਬੱਚਿਆਂ ਨੂੰ ਜਦੋਂ ਦੇ ਆਏ ਵਿਚਾਰੇ, ਉਹਨਾਂ ਦੀ ਮਾਂ ਵੀ ਬਿਮਾਰ ਰਹੀ ਆ, ਅਤੇ ਇਹ ਵਿਚਾਰੇ ਕਾਹੇ ਜੋਗੇ ਵੀ ਨਹੀਂ ਰਹੇ, ਇਹਨਾਂ ਦਾ ਨਾਂ ਪਿੱਛਾ ਅਤੇ ਨਾ ਹੀ ਅੱਗਾ, ਅਤੇ ਇਹ ਵਿਚਾਰੇ ਇਸੇ ਡਾਵਾਂ ਡੋਲ ਤੁਰੇ ਫਿਰਦੇ ਨੇ, ਅਤੇ ਇਹਨਾਂ ਨੂੰ ਹਾਲੇ ਇਹਨਾਂ ਦੀ ਹੈਲਪ ਹੋਣੀ ਚਾਹੀਦੀ। ਫੁੱਲ ਹੁਣ ਇਹਨਾਂ ਨੂੰ ਕੌਣ ਸਾਂਭਦਾ? ਹੁਣ ਇੱਧਰ ਹੀ ਆ ਛਾਪੇ ਵਾਲਿਆਂ ਦੇ ਸਾਂਭਣ ਡਏ ਨੇ। ਇਹਨਾਂ ਦੀ ਕੋਈ ਰਿਸ਼ਤੇਦਾਰੀ ਆ ਕਿ ਜਾਂ ਉੱਦਾਂ ਹੀ? ਉਸ ਤਰ੍ਹਾਂ ਹੀ ਬੱਚਿਆਂ ਤੌਰ 'ਤੇ ਤਰਸ ਕਰਦੇ ਨੇ ਵਿਚਾਰੇ। ਕੀ ਮੰਗ ਕਰਦੇ? ਇਹ ਮੰਗ ਕਰਦੇ ਵੀ ਇਹਨਾਂ ਨੂੰ ਕੁਛ ਦਿੱਤਾ ਜਾਵੇ, ਥਾਂ 'ਤੇ ਥਾਂ ਵੀ ਦਿੱਤਾ ਜਾਵੇ, ਕੁਛ ਹੱਥ 'ਚ ਵੀ ਦਿੱਤਾ ਜਾਵੇ ਸ਼ਾਇਦ। ਹਾਂਜੀ, ਕੀ ਨਾਮ ਵੀਰ ਜੀ? ਮੇਰਾ ਨਾਮ ਤਰਸੇਮ ਸਿੰਘ ਜੀ। ਕਿਹੜਾ ਪਿੰਡ ਹੈ? ਇਹ ਸੌੜੀਆਂ ਜੀ। ਕਿੱਥੇ ਪੈਂਦਾ ਹੈ? ਲੋਪੂ ਜੀ ਸਾਈਡ 'ਤੇ ਲਾਗੇ ਪਿੰਡ। ਬੱਚਿਆਂ ਬਾਰੇ ਕੀ ਜਾਣਦੇ? ਬੱਚੇ ਬਹੁਤ 2-3 ਮਹੀਨੇ ਤੋਂ ਬੱਚੇ, ਉਹ ਪਹਿਲਾਂ ਲੇਡੀਜ਼ ਇੱਕ ਮਾਰ ਰਹੀ, ਉਸ ਤੋਂ ਬਾਅਦ ਬਹੁਤ ਵਧੀਆ ਇਲਾਜ ਵੀ ਇੱਥੇ ਚੱਲਦਾ ਗਿਆ ਉਹਦਾ, ਪਰ ਗਰੀਬੀ ਦੇ ਦਾਅ 'ਤੇ ਇਲਾਜ ਪੂਰਾ ਨਹੀਂ ਹੋ ਸਕਿਆ, ਇਸ ਕਾਰਨ ਉਹਨਾਂ ਦੀ ਡੈਥ ਹੋ ਗਈ। ਬਾਅਦ 'ਚ ਇਹ ਸੇਵਾ ਕਰਦੇ ਨੇ ਬੱਚਿਆਂ ਦੀ, ਬਹੁਤ ਵਧੀਆ ਕਰਦੇ ਨੇ ਸੇਵਾ। ਵਕਤ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵੀ ਇਹਨਾਂ ਬੱਚਿਆਂ ਦੇ ਕਮਰੇ ਪਾਏ ਜਾਣ, ਛੱਤ ਵੀ ਸਿਰ 'ਤੇ ਹੋਵੇ, ਤਾਂ ਜੋ ਇਹਨਾਂ ਦੀ ਜ਼ਿੰਦਗੀ ਬਣ ਜਾਵੇ। ਨਾ ਭਾਜੀ, ਮਿਰਜ਼ਾ ਸਿੰਘ। ਕਿਹੜਾ ਪਿੰਡ ਹੈ ਜੀ? ਸੌੜੀਆਂ। ਅਤੇ ਜਿਹੜੇ ਬੱਚੇ ਤੁਹਾਡੇ ਪਿੰਡ ਦੇ, ਕੀ ਕਹਿਣਾ ਇਹਨਾਂ ਬਾਰੇ? ਅਸੀਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਦਾ ਕੋਈ ਥਾਂ ਬਣੇ ਜਿੱਥੇ ਆਪਣੇ ਰਹਿਣ ਘਰ ਬਾਰ, ਅਤੇ ਥਾਂ 'ਤੇ ਤਾਂ ਇਹਨਾਂ ਦਾ ਕੋਈ ਵੀ ਨਹੀਂ। ਇੱਕ ਇਸ ਤਰ੍ਹਾਂ ਲੋਕ ਕਿਸ ਤਰ੍ਹਾਂ ਸਾਂਭਣਗੇ ਇਹਨਾਂ ਦੀ? ਉਹਨਾਂ ਆਪਦੇ ਵੀ ਬੱਚੇ ਸਾਂਭਣੇ ਇਹਨਾਂ ਦਾ। ਆਉਣ ਵਾਲੇ ਸਮੇਂ ਦਾ ਤੁਹਾਨੂੰ ਪਤਾ ਹੀ ਹੈ ਕਿਸਾਨ ਦਾ।